ਪਟਿਆਲੇ ਦਾ ਯੂਨੀਵਰਸਟ ਮੁੰਡਾ ਜੀ ਅਮਨਦੀਪ ਢਿੱਲੋਂ ਤੇ ਸਾਡਾ ਫੇਸਬੁੱਕ ਆ ਮਿੱਤਰ। ਅੱਛਾ, ਇੱਕ ਦਹਾਕਾ ਹੋ ਗਿਆ ਤੁਹਾਨੂੰ ਰਹਿੰਦੇ ਆ ਇੱਥੇ? ਹਾਂਜੀ ਹਾਂਜੀ। ਤੇ ਜਦੋਂ ਪਿੱਛੇ ਮੁੜ ਕੇ ਦੇਖਦੇ ਹੋ ਪੰਜਾਬ ਦਾ ਭਵਿੱਖ, ਪੰਜਾਬ ਦੀ ਨੌਜਵਾਨੀ ਦੀ ਦਸ਼ਾ ਤੇ ਦਿਸ਼ਾ, ਇੱਥੇ ਬੈਠਾ ਨੌਜਵਾਨ ਉਹਦੇ ਬਾਰੇ ਟਿੱਪਣੀ ਕਰਦਾ ਚੰਗਾ ਤਾਂ ਨਹੀਂ ਲੱਗਦਾ, ਪਰ ਮੈਂ ਚਾਹੁੰਦਾ ਵੀ ਉਹਦੇ ਬਾਰੇ ਵੀ ਗੱਲ ਕੀਤੀ ਜਾਵੇ ਕਿਉਂਕਿ ਆਪਾਂ ਕਦੇ ਵੀ ਮਰਫ ਹੀ ਨਹੀਂ ਹੋਏ ਪੰਜਾਬ 'ਚੋਂ ਜੀ। ਸੋ ਬੇਸਿਕਲੀ ਜੀ, ਮੈਨੂੰ ਇਹ ਲੱਗਦਾ ਵੀ ਦੇਖੋ, ਮੈਂ ਹੁਣ ਪੰਜਾਬ ਜਾ ਕੇ ਵੀ ਆਇਆ, ਮਹੀਨਾ ਡੇਢ ਮਹੀਨਾ ਸਵਾ ਮਹੀਨਾ ਰਹਿ ਕੇ ਆਇਆ ਉੱਥੇ। ਅੱਛਾ। ਸੋ ਬੇਸਿਕਲੀ ਇਸ ਟਾਈਮ 'ਤੇ ਨਿਰਾਸ਼ਾ ਤਾਂ ਹੈਗੀ ਆ ਜਿਹੜੀ ਦਿਖਦੀ ਹੈ, ਹੈ ਨਾ? ਅਤੇ ਉਸੇ ਨਿਰਾਸ਼ਾ ਤੋਂ ਮਤਲਬ ਇਹ ਚੀਜ਼ ਉਪਜਦੀ ਆ ਵੀ ਜਿਹੜੀ ਪ੍ਰਵਾਸ ਦੀ ਦੌੜ ਆ, ਉਹ ਭਾਵੇਂ ਨਿਊਜ਼ੀਲੈਂਡ ਨੂੰ ਹੋਵੇ, ਭਾਵੇਂ ਆਸਟ੍ਰੇਲੀਆ ਨੂੰ ਹੋਵੇ, ਭਾਵੇਂ ਕੈਨੇਡਾ ਨੂੰ ਹੋਵੇ, ਉਹਦੇ 'ਚ ਵੀ ਮਤਲਬ ਮੈਨੂੰ ਇੱਕ ਚੀਜ਼ ਇਹ ਲੱਗਦੀ ਹੁੰਦੀ ਆ ਵੀ ਆਪਾਂ ਕਿਤੇ ਉਸ ਨਿਰਾਸ਼ਾ ਦੇ ਵਿੱਚੋਂ ਜਿਹੜਾ ਨੌਜਵਾਨ ਆ ਉਹ ਜ਼ਿਆਦਾ ਹੀ ਡਿਸਅਪੋਇੰਟਮੈਂਟ ਇਹ ਲੈ ਗਿਆ ਵੀ ਉਹ ਬਿਲਕੁਲ ਹੀ ਹੁਣ ਮਤਲਬ ਇਸੇ ਚੀਜ਼ 'ਤੇ ਹੋ ਗਏ ਵੀ ਹਾਂ ਵੀ ਅਸੀਂ ਉਹਨਾਂ ਕੁ ਕੰਮਾਂ ਤੱਕ ਹੀ ਰਹਿਣਾ, ਬਸ ਬਾਹਰ ਜਾ ਕੇ ਪਤਾ ਨਹੀਂ ਵੀ ਕੀ ਜ਼ਿੰਦਗੀ ਬਣ ਜਾਣੀ ਆ। ਮਤਲਬ ਮੈਂ ਇਹ ਚਾਹੁੰਦਾ ਹੁੰਦਾ ਵੀ ਤੁਸੀਂ ਇੰਡੀਆ ਦੇ ਵਿੱਚ ਰਹਿ ਕੇ ਵੀ ਮਤਲਬ ਸਕਿੱਲ ਗੇਨ ਕਰ ਸਕਦੇ ਹੋ, ਤੁਸੀਂ ਉਰੇ ਆ ਕੇ ਵੀ ਵੱਡੇ ਅਹੁਦਿਆਂ 'ਤੇ ਜਾ ਸਕਦੇ ਹੋ ਸਿੱਧੇ, ਹੈ ਨਾ? ਵੀ ਉਰੇ ਆ ਕੇ ਵੀ ਹੋਰ ਆਪਾਂ ਨੂੰ ਆਪਣੀ ਕਮਿਊਨਿਟੀ ਤੋਂ ਬਾਹਰ ਨਿਕਲ ਕੇ ਰਿਸ਼ਤੇ ਬਣਾਉਣੇ ਚਾਹੀਦੇ ਆ। ਸੋ ਬੇਸਿਕਲੀ ਨੌਜਵਾਨਾਂ ਦਾ ਮੈਨੂੰ ਇਹ ਲੱਗਦਾ ਵੀ ਦੇਖੋ, ਪ੍ਰਵਾਸ ਆ ਜਿਹੜਾ ਉਹ ਤਾਂ ਬਾਬੇ ਨਾਨਕ ਦਾ ਵਾਰਾ, ਉਹ ਤਾਂ ਰੁਕਣਾ ਨਹੀਂ। ਕੀ ਬਾਤ ਆ, ਵਿਸ਼ਵ ਵਿਆਪੀ ਨਾਗਰਿਕ ਬਣ ਗਏ ਆਪਾਂ। ਉਹ ਸਗੋਂ ਲੋਕ ਇਹ ਕਹਿੰਦੇ ਆ ਵੀ ਪੰਜਾਬ ਨੂੰ ਪਤਾ ਨਹੀਂ ਕੀ ਹੋ ਜਾਣਾ, ਮੈਂ ਕਹਿੰਦਾ ਵੀ ਥੋਂ ਥੋਂ ਪੰਜਾਬ ਵੱਸ ਰਿਹਾ, ਵੀ ਬ੍ਰੈਂਪਟਨ ਵੀ ਪੰਜਾਬ ਹੈ, ਸਰੀ ਵੀ ਪੰਜਾਬ ਆ, ਪਾਪਾ ਟੋਏ ਟੋਏ ਵੀ ਪੰਜਾਬ ਆ, ਵੀ ਆਪਾਂ ਤਾਂ ਥੋਂ ਥੋਂ ਪੰਜਾਬੀ ਹੋ ਗਏ, ਹੈ ਨਾ? ਵੀ ਉਹ ਤਾਂ ਨਹੀਂ ਰੁਕਣਾ, ਪਰ ਆਪਾਂ ਇਹ ਆ ਵੀ ਉਹ ਪੰਜਾਬ ਨੂੰ ਆਪਾਂ ਥੋੜਾ ਜਿਹਾ ਵੱਡਾ ਕਰੀਏ, ਵੀ ਜਿਹੜੀਆਂ ਚੰਗੀਆਂ ਚੀਜ਼ਾਂ ਬਾਹਰੋਂ ਆਪਾਂ ਨੂੰ ਉਹ ਲੈ ਲੈਣੀਆਂ ਚਾਹੀਦੀਆਂ, ਉਹ ਪਸਾਰ ਹੋਣਾ ਚਾਹੀਦਾ। ਹਾਂਜੀ, ਅਸੀਂ ਉਹਨੂੰ ਰਲਾ ਕੇ ਕਿ ਨਕਾਰਾਤਮਕ ਨਾ ਹੋਈਏ ਬਲਕਿ ਸੁਹਿਰਦੀਏ, ਉਹਨੂੰ ਉਹ ਰਾਹ ਨੂੰ ਪ੍ਰਵਾਨ ਕਰ ਲਈਏ, ਮਾਨਤਾ ਦਈਏ ਸਮੇਂ ਸਮੇਂ ਸਿਰ। ਨਹੀਂ ਯਾਰ, ਜਿਵੇਂ ਬੀਤੇ ਸਮਿਆਂ ਦੇ ਵਿੱਚ ਬੋਲੀ ਦੇ ਵਿੱਚ ਬਹੁਤ ਸਾਰੇ ਲਫ਼ਜ਼ ਰਲ ਗਏ ਵੱਖ ਵੱਖ ਭਾਸ਼ਾਵਾਂ ਤੋਂ ਆ ਕੇ, ਉਹਨਾਂ ਨੇ ਬਲਕਿ ਪੰਜਾਬੀ ਨੂੰ ਹੋਰ ਖੂਬਸੂਰਤ ਕਰ ਦਿੱਤਾ। ਬਿਲਕੁਲ, ਨਾਲੇ ਇਹ ਤਾਂ ਵਹਿਣ ਹੈ ਜੀ, ਇਹ ਤਾਂ ਫਲੂਇਡ ਹੁੰਦਾ, ਮਤਲਬ ਉਹ ਤੁਸੀਂ ਰੋਕ ਨਹੀਂ ਸਕਦੇ ਬੋਲੀ ਭਾਸ਼ਾ। ਹੁਣ ਜਿਹੜੀ ਬਾਬੇ ਨਾਨਕ ਹੋਰੀ ਬੋਲੀ ਭਾਸ਼ਾ ਬੋਲਦੇ ਸੀ, ਕਿੰਨੇ ਇਲਾਕਿਆਂ 'ਚ ਗਏ, ਉੱਥੋਂ ਦੀ ਸਥਾਨਕ ਬੋਲੀ ਸੱਭਿਆਚਾਰ ਜਾਣਿਆ, ਬਿਲਕੁਲ ਉਹ ਕੁਛ ਸ਼ਬਦ ਆਪਣੇ ਵਾਸਤੇ ਲੈ ਕੇ ਵੀ ਆਏ ਹੋਣਗੇ। ਹੁਣ ਆਪਣੇ ਭਗਤਾਂ ਦੀ ਬਾਣੀ ਆ, ਬਾਬਿਆਂ ਦੀ ਬਾਣੀ ਆ, ਵੀ ਉਹ ਕੋਈ ਬ੍ਰਜ ਭਾਸ਼ਾ ਬੋਲ ਰਿਹਾ ਸੀ, ਹੈ ਨਾ? ਵੀ ਕੋਈ ਕਿੱਥੇ ਬੈਠਾ ਸੀ, ਧਾੜ ਵੀ ਆਏ ਜੀ, ਧਾੜਵੀਆਂ ਚ ਸਪਾਈ ਰਹਿ ਗਿਆ ਪਿੱਛੇ, ਉਹਨਾਂ ਨੇ ਆਪਣੀ ਬੋਲੀ ਪੰਜਾਬ ਤਾਂ ਕਹਿ ਲਓ ਵੀ ਹਰੇਕ ਚੀਜ਼ ਨੂੰ ਅਡਾਪਟ ਕਰਦਾ, ਖੁੱਲੇ ਜਗਰੇ ਨਾਲ। ਹਾਂ ਵੀ ਕੋਈ ਨਹੀਂ, ਆਪਣੇ ਹੀ ਨੇ, ਵੀ ਆਪਾਂ ਤਾਂ ਹਰੇਕ ਚੀਜ਼ ਨੂੰ ਗਾਲੀ ਲਾਇਆ, ਤੇ ਵੀ ਉਹ ਚੀਜ਼ ਕਾਇਮ ਰਹਿਣੀ ਚਾਹੀਦੀ ਆ, ਵੀ ਬੰਨਣਾ ਨਹੀਂ ਚਾਹੀਦਾ ਕਿਸੇ ਚੀਜ਼। ਹਾਏ ਹਾਏ, ਬਹੁਤ ਸੋਹਣਾ ਸੰਦੇਸ਼, ਤੇ ਜਿੰਨਾ ਸੋਹਣਾ ਸੰਦੇਸ਼ ਉਨੇ ਹੀ ਖੂਬਸੂਰਤ ਇਲਾਕੇ ਦੇ ਵਿੱਚ ਅਸੀਂ ਘੁੰਮ ਰਹੇ ਹਾਂ। ਨਿਆਗਰਾ ਪਾਰਕਸ ਕਮਿਸ਼ਨ ਨੇ ਬਹੁਤ ਸਲੀਕੇ ਨਾਲ ਇਸ ਇਲਾਕੇ ਨੂੰ ਮੇਨਟੇਨ ਕੀਤਾ, ਅਤੇ ਅਮਨਦੀਪ ਢਿੱਲੋਂ ਹੁਣੀ ਜਦੋਂ ਪਿੰਡੋਂ ਉੱਠ ਕੇ ਪਟਿਆਲੇ ਗਏ, ਅਤੇ ਪਟਿਆਲਿਓਂ ਫਿਰ ਇਸ ਖੂਬਸੂਰਤ ਮੁਲਕ ਦੇ ਵਾਸੀ ਬਣੇ। ਇਹ ਗੱਲਾਂ ਬਾਤਾਂ ਜਿਹੜੀਆਂ ਉਹ ਜ਼ਿਹਨ ਦੇ ਵਿੱਚ ਕਿਤੇ ਨਾ ਕਿਤੇ ਤਾਰੀ ਰਹਿੰਦੀਆਂ, ਇਕੱਲੇ ਅਮਨਦੀਪ ਦੇ ਨਹੀਂ, ਸਾਡੇ ਤੁਹਾਡੇ ਮਨਾਂ ਦੇ ਵਿੱਚ ਵੀ ਗੱਲਾਂ ਰਹਿਣੀਆਂ ਚਾਹੀਦੀਆਂ। ਬੜੀ ਮਿਹਰਬਾਨੀ। And press the bell icon. Never miss an update.